ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਆਪਣੇ ਯੂਟਿਊਬ ਚੈਨਲ ਦੇ ਵਿੱਚ, ਜਿਸ ਦਾ ਨਾਮ ਹੈ ਅਮਿਤ ਜਿੰਦਲ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਲੈ ਕੇ ਆ ਰਿਹਾ ਮਾਸਟਰ ਕਾਡਰ ਪੰਜਾਬੀ ਦਾ ਸੋਲਵਡ ਪੇਪਰ ਜੋ ਕਿ 2016 ਦੇ ਵਿੱਚ ਹੋਇਆ ਸੀ। 51 ਤੋਂ ਲੈ ਕੇ 100 ਤੱਕ ਪ੍ਰਸ਼ਨ ਇਸ ਵਿੱਚ ਸ਼ਾਮਿਲ ਕੀਤੇ ਗਏ ਨੇ। ਕੁੱਲ 150 ਪ੍ਰਸ਼ਨ ਨੇ। 50-50 ਪ੍ਰਸ਼ਨਾਂ ਦੀਆਂ 3 ਵੀਡੀਓਜ਼ ਦੇ ਵਿੱਚ ਇਸ ਨੂੰ ਕੰਪਲੀਟ ਕਰਾਂਗੇ। 1 ਤੋਂ ਲੈ ਕੇ 50 ਤੱਕ ਪ੍ਰਸ਼ਨ ਦੀ ਵੀਡੀਓ ਮੈਂ ਪਹਿਲਾਂ ਹੀ ਅਪਲੋਡ ਕਰ ਚੁੱਕਿਆ। ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ 51 ਤੋਂ ਲੈ ਕੇ 100 ਤੱਕ ਪ੍ਰਸ਼ਨ। 51ਵਾਂ ਪ੍ਰਸ਼ਨ ਹੈ ਜੀ, ਮੁੰਦਾਵਨੀ ਬਾਣੀ ਦਾ ਰਚਨਾਕਾਰ ਹੈ। 4 ਆਪਸ਼ਨ ਨੇ, ਭਗਤ ਰਵਿਦਾਸ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਭਗਤ ਨਾਮਦੇਵ ਜੀ ਅਤੇ ਸੱਸਾ ਗੁਰੂ ਅਰਜਨ ਦੇਵ ਜੀ। ਸਹੀ ਉੱਤਰ ਹੈ ਜੀ ਇਹਦਾ, ਸੱਸਾ ਸ਼੍ਰੀ ਗੁਰੂ ਅਰਜਨ ਦੇਵ ਜੀ। 52ਵਾਂ ਪ੍ਰਸ਼ਨ, ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਸ਼ਬਦ ਹਨ, ਕਿੰਨੇ ਸ਼ਬਦ ਨੇ ਬਾਬਾ ਫਰੀਦ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ? ਤਾਂ ਸਭ ਨੂੰ ਪਤਾ ਹੀ ਹੈ ਕਿ 4 ਸ਼ਬਦ ਨੇ ਜੀ ਬਾਬਾ ਫਰੀਦ ਜੀ ਦੇ। ਹੁਣ ਦੇਖਣੇ ਨੇ ਉਹਨਾਂ ਦੇ ਵਿੱਚੋਂ ਕਿਸ ਕਿਸ ਰਾਗ ਦੇ ਵਿੱਚ ਨੇ, ਆਪਸ਼ਨ ਧਿਆਨ ਨਾਲ ਦੇਖੀਓ। ਤਾਂ ਬਾਬਾ ਫਰੀਦ ਜੀ ਦੇ ਕੁੱਲ 4 ਸ਼ਬਦ ਨੇ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ। ਈੜੀ ਉੱਤਰ ਸਹੀ ਹੈ ਜਿਹਦਾ। 2 ਸ਼ਬਦ ਨੇ ਜੋ ਉਹਨਾਂ ਦੇ ਰਾਗ ਆਸਾ ਦੇ ਵਿੱਚ, ਅਤੇ 2 ਸ਼ਬਦ ਨੇ ਜੋ ਰਾਗ ਸੂਹੀ ਦੇ ਵਿੱਚ ਨੇ। ਈੜੀ ਕੁਸ਼ਚਨ, ਈੜੀ ਪੁਆਇੰਟ ਸਹੀ ਹੈ ਜੀ। ਅੱਗੇ 53ਵਾਂ ਕੁਸ਼ਚਨ ਹੈ ਜੀ, ਅਮਲਾਂ ਦੇ ਉੱਪਰ ਰੋਗ ਨਿਵੇੜਾ, ਕਿਆ ਸੂਫੀ ਕਿਆ ਭੰਗੀ, ਕਿਸ ਪੰਜਾਬੀ ਸੂਫੀ ਸ਼ਾਇਰ ਅਤੇ ਕਲਾਮ ਦੀਆਂ ਸਤਰਾਂ ਹਨ? ਆਪਸ਼ਨ ਨੇ ਜੀ, ਅਲੀ ਹੈਦਰ, ਸ਼ਾਹ ਹੁਸੈਨ, ਬੁੱਲੇ ਸ਼ਾਹ, ਸੁਲਤਾਨ ਬਾਹੂ। ਤਾਂ ਸਹੀ ਉੱਤਰ ਹੈ ਜੀ ਆੜਾ, ਸ਼ਾਹ ਹੁਸੈਨ। 54ਵਾਂ ਪ੍ਰਸ਼ਨ ਹੈ ਜੀ, ਉਲਟੇ ਹੋਰ ਜ਼ਮਾਨੇ ਆਏ, ਸੱਚਿਆਂ ਨੂੰ ਹੁਣ ਮਿਲਦੇ ਧੱਕੇ, ਝੂਠੇ ਕੋਲ ਬਹਾਏ, ਕਿਸ ਪੰਜਾਬੀ ਸੂਫੀ ਸ਼ਾਇਰ ਦੇ ਬੋਲ ਹਨ? ਆਪਸ਼ਨ ਨੇ ਜੀ, ਉੜਾ ਵਜੀਦ, ਆੜਾ ਫਰਦ ਫਕੀਰ, ਈੜੀ ਸੁਲਤਾਨ ਬਾਹੂ ਅਤੇ ਸੱਸਾ ਬੁੱਲੇ ਸ਼ਾਹ। ਸਹੀ ਉੱਤਰ ਹੈ ਜੀ ਇਹਦਾ, ਸੱਸਾ ਬੁੱਲੇ ਸ਼ਾਹ। ਅਗਲਾ ਜੀ 55ਵਾਂ ਪ੍ਰਸ਼ਨ, ਵਾਰਿਸ ਸ਼ਾਹ ਕਿਸ ਸਦੀ ਦੇ ਪੰਜਾਬੀ ਕਿੱਸਾਕਾਰ ਹੋਏ ਹਨ? ਉੜਾ ਜੀ 17ਵੀਂ ਸਦੀ ਦੇ, ਆੜਾ 18ਵੀਂ ਸਦੀ ਦੇ, ਈੜੀ 16ਵੀਂ ਸਦੀ ਦੇ ਅਤੇ ਸੱਸਾ 19ਵੀਂ ਸਦੀ ਦੇ। ਵਾਰਿਸ ਸ਼ਾਹ ਹੋਏ ਨੇ ਜੀ 18ਵੀਂ ਸਦੀ ਦੇ ਪ੍ਰਸਿੱਧ ਕਿੱਸਾਕਾਰ। ਅੱਗੇ ਆ ਜੀ ਪ੍ਰਸ਼ਨ 56ਵਾਂ, ਪੀਲੂ ਦੇ ਕਿੱਸੇ ਮਿਰਜ਼ਾ ਸਾਹਿਬਾਂ ਦੀ ਸਿਫਤ ਕਿਸ ਕਿੱਸਾਕਾਰ ਨੇ ਕੀਤੀ ਹੈ? ਜੋ ਪੀਲੂ ਨੇ ਮਿਰਜ਼ਾ ਸਾਹਿਬਾਂ ਦਾ ਕਿੱਸਾ ਲਿਖਿਆ ਸੀ, ਉਹਦੀ ਸਿਫਤ ਕਿਸ ਕਿੱਸਾਕਾਰ ਨੇ ਕੀਤੀ ਹੈ? ਆਪਸ਼ਨ ਨੇ, ਮੁਕਬਲ, ਵਾਰਿਸ ਸ਼ਾਹ, ਹਾਫਿਜ਼ ਬਰਖੁਰਦਾਰ ਅਤੇ ਕਾਦਰ ਯਾਰ। ਸਹੀ ਉੱਤਰ ਹੈ ਜੀ ਈੜੀ, ਹਾਫਿਜ਼ ਬਰਖੁਰਦਾਰ ਨੇ। 57ਵਾਂ ਪ੍ਰਸ਼ਨ ਹੈ, ਹਾਸ਼ਮ ਸ਼ਾਹ ਨੇ ਸੱਸੀ ਪੁੰਨੂ ਦਾ ਕਿੱਸਾ ਕਿਸ ਛੰਦ ਵਿੱਚ ਲਿਖਿਆ? ਇਹ ਲਿਖਿਆ ਗਿਆ ਜੀ ਦਵਾਇਆ ਛੰਦ ਦੇ ਵਿੱਚ। ਛੰਦਾਂ ਦੇ ਨਾਲ ਸੰਬੰਧਿਤ ਵੀਡੀਓ ਮੈਂ ਪਹਿਲਾਂ ਹੀ ਅਪਲੋਡ ਕਰ ਚੁੱਕਿਆ, ਜਿਸ ਵਿੱਚ ਸਾਰੇ ਛੰਦਾਂ ਦੇ ਬਾਰੇ ਵਿਸਥਾਰ ਦੇ ਵਿੱਚ ਲਘੂ ਵਰਨ, ਗੁਰੂ ਵਰਨ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਵੀਡੀਓ ਨੂੰ ਮੇਰੇ ਚੈਨਲ ਦੇ ਉੱਪਰ ਤੁਸੀਂ ਦੇਖ ਸਕਦੇ ਹੋ। ਅੱਗੇ ਜੀ 58ਵਾਂ ਪ੍ਰਸ਼ਨ, ਕਾਦਰ ਯਾਰ ਰਚਿਤ ਕਿੱਸਾ ਪੂਰਨ ਭਗਤ ਦੀ ਕਥਾ ਦਾ ਸੰਬੰਧ ਪੰਜਾਬੀ ਦੇ ਕਿਸ ਨਗਰ ਨਾਲ ਹੈ? ਕਾਦਰ ਯਾਰ ਨੇ ਜੋ ਕਿੱਸਾ ਲਿਖਿਆ ਸੀ ਪੂਰਨ ਭਗਤ ਦਾ, ਉਹਦਾ ਸੰਬੰਧ ਹੈ ਜੀ ਸਿਆਲਕੋਟ ਨਾਲ। ਅੱਗੇ ਜੀ 59ਵਾਂ ਪ੍ਰਸ਼ਨ, ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਗੁਰੂ ਨਾਨਕ ਕਾਲ ਦਾ ਪਹਿਲਾ ਕਿੱਸਾਕਾਰ ਕਿਸ ਨੂੰ ਮੰਨਿਆ ਜਾਂਦਾ ਹੈ? ਤਾਂ ਜੀ ਗੁਰੂ ਨਾਨਕ ਕਾਲ ਦਾ ਜੋ ਪਹਿਲਾ ਕਿੱਸਾਕਾਰ, 4 ਆਪਸ਼ਨ ਨੇ, ਹਾਫਿਜ਼ ਬਰਖੁਰਦਾਰ, ਦੂਜਾ ਦਮੋਦਰ, ਈੜੀ ਹੈ ਪੀਲੂ, ਸੱਸਾ ਹੈ ਅਹਿਮਦ। ਤਾਂ ਮੰਨਿਆ ਜਾਂਦਾ ਜੀ ਦਮੋਦਰ ਨੂੰ, ਆੜਾ ਸਹੀ ਹੈ ਜੀ। ਅੱਗੇ 60ਵਾਂ ਪ੍ਰਸ਼ਨ, ਪੰਜਾਬੀ ਵਿੱਚ ਯੂਸਫ ਜੁਲੈਖਾਂ ਦਾ ਕਿੱਸਾ ਪਹਿਲੀ ਵਾਰ ਕਿਸ ਕਵੀ ਨੇ ਲਿਖਿਆ? ਇਹ ਲਿਖਿਆ ਸੀ ਜੀ ਈੜੀ, ਹਾਫਿਜ਼ ਬਰਖੁਰਦਾਰ ਨੇ। 61ਵਾਂ ਪ੍ਰਸ਼ਨ ਹੈ, ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸ ਦਾ ਮੂਲ ਪਾਠ ਦਰਜ ਹੈ? ਉੜਾ ਮਾਰਕੰਡੇ ਪੁਰਾਣ ਵਿੱਚ, ਆੜਾ ਗੁਰੂ ਗ੍ਰੰਥ ਸਾਹਿਬ ਵਿੱਚ, ਈੜੀ ਦਸ਼ਮ ਗ੍ਰੰਥ ਵਿੱਚ, ਸੱਸਾ ਉਪਰੋਕਤ ਵਿੱਚੋਂ ਕਿਸੇ ਵੀ ਵਿੱਚ ਨਹੀਂ। ਤਾਂ ਸਹੀ ਹੈ ਜੀ ਈੜੀ, ਦਸ਼ਮ ਗ੍ਰੰਥ ਵਿੱਚ ਸ਼ਾਮਲ ਹੈ ਇਹ ਪਾਠ। ਅੱਗੇ ਜੀ 62ਵਾਂ ਪ੍ਰਸ਼ਨ, ਸ਼ਾਹ ਮੁਹੰਮਦ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਸ਼ਾਹ ਮੁਹੰਮਦ ਦੀ ਰਚਨਾ ਜੰਗ ਸਿੰਘਾਂ ਅਤੇ ਫਿਰੰਗੀਆਂ ਵਿੱਚ ਸਰਕਾਰ ਕਿਸ ਨੂੰ ਕਿਹਾ ਗਿਆ? ਇਹ ਜੰਗਨਾਮਾ ਬੜਾ ਹੀ ਫੇਮਸ ਹੋਇਆ, ਜੋ ਕਿ ਸ਼ਾਹ ਮੁਹੰਮਦ ਦੀ ਰਚਨਾ ਹੈ, ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ। ਇਹਦੇ ਵਿੱਚ ਸਰਕਾਰ ਹੈ ਜੋ ਕਿਸ ਨੂੰ ਆਖਿਆ ਗਿਆ, ਉਹ ਆਖਿਆ ਗਿਆ ਜੀ ਈਡੀ ਆਪਸ਼ਨ, ਮਹਾਰਾਜਾ ਰਣਜੀਤ ਸਿੰਘ ਨੂੰ। 63ਵਾਂ ਪ੍ਰਸ਼ਨ ਹੈ, ਨਜਾਵਤ ਰਚਿਤ ਵਾਰ ਨਾਦਰ ਸ਼ਾਹ ਦੀ ਕਥਾ ਦਾ ਸੰਬੰਧ ਪੰਜਾਬ ਦੇ ਕਿਸ ਸਦੀ ਦੇ ਇਤਿਹਾਸ ਨਾਲ ਹੈ? ਇਹ
ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਨੇ ਜੀ ਸਾਰੇ। ਇਹ ਇਹ ਆੜਾ 18ਵੀਂ ਸਦੀ ਦੇ ਨਾਲ। ਅੱਗੇ ਜੀ 64ਵਾਂ ਪ੍ਰਸ਼ਨ, ਪੰਜਾਬੀ ਵਾਰਤਕ ਲੇਖਕ ਗਿਆਨੀ ਦਿੱਤ ਸਿੰਘ ਦਾ ਜੀਵਨ ਕਾਲ ਹੈ। ਇਹਨਾਂ ਦਾ ਜੀਵਨ ਕਾਲ ਹੈ ਜੀ ਊੜਾ 1852 ਤੋਂ ਲੈ ਕੇ 1901 ਈਸਵੀ ਤੱਕ। 65ਵਾਂ ਪ੍ਰਸ਼ਨ ਹੈ ਜੀ, ਪੰਡਿਤ ਸ਼ਰਧਾ ਰਾਮ ਫਿਲੋਰੀ ਦੀ ਵਾਰਤਕ ਰਚਨਾ ਪੰਜਾਬੀ ਬਾਤਚੀਤ ਦਾ ਪ੍ਰਕਾਸ਼ਨ ਸਾਲ ਹੈ। ਇਹ ਪੰਡਿਤ ਜੋ ਸ਼ਰਧਾ ਰਾਮ ਫਿਲੋਰੀ ਨੇ, ਇਹਨਾਂ ਨੂੰ ਅੰਗਰੇਜ਼ ਭਗਤ ਕਵੀ ਮੰਨਿਆ ਜਾਂਦਾ। ਇਹਨਾਂ ਨੇ ਅੰਗਰੇਜ਼ਾਂ ਨੂੰ ਖੁਸ਼ ਕਰਨ ਦੇ ਲਈ ਦੋ ਕਿਤਾਬਾਂ ਲਿਖੀਆਂ ਨੇ। ਪਹਿਲੀ ਕਿਤਾਬ ਸੀ ਜੋ 1866 ਈਸਵੀ ਦੇ ਵਿੱਚ ਲਿਖੀ ਗਈ ਸੀ, ਸਿੱਖਾਂ ਦੇ ਰਾਜ ਦੀ ਮਿੱਥਿਆ। ਅਤੇ ਦੂਜੀ ਕਿਤਾਬ ਹੈ ਜੋ ਪੰਜਾਬੀ ਬਾਤਚੀਤ ਲਿਖੀ ਗਈ ਸੀ 1875 ਈਸਵੀ ਦੇ ਵਿੱਚ। ਹਾਂਜੀ, ਅੱਗੇ 66ਵਾਂ ਪ੍ਰਸ਼ਨ ਹੈ ਜੀ, ਕਿਸ ਵਾਰਤਕਕਾਰ ਦੀਆਂ ਰਚਨਾਵਾਂ ਵਧੇਰੇ ਕਰਕੇ ਸਿੱਖਿਆ ਪ੍ਰਣਾਲੀ ਬਾਰੇ ਹਨ? ਇਹ ਵਾਰਤਕਕਾਰ ਦਾ ਨਾਮ ਹੈ ਜੀ ਬਿਹਾਰੀ ਲਾਲ ਪੁਰੀ। 67ਵਾਂ ਪ੍ਰਸ਼ਨ ਹੈ ਜੀ, ਮੌਤ ਰਾਣੀ ਦਾ ਘੁੰਡ ਕਿਸ ਲੇਖਕ ਦੀ ਵਾਰਤਕ ਰਚਨਾ ਹੈ? ਊੜਾ ਪ੍ਰਿੰਸੀਪਲ ਜੋਧ ਸਿੰਘ, ਆੜਾ ਮੋਹਨ ਸਿੰਘ ਵੈਦ, ਈੜੀ ਲਾਲ ਸਿੰਘ, ਕਮਲਾ ਅਕਾਲੀ ਅਤੇ ਸੱਸਾ ਡਾਕਟਰ ਬਲਵੀਰ ਸਿੰਘ। ਇਹ ਰਚਨਾ ਜੀ ਲਾਲ ਸਿੰਘ ਕਮਲਾ ਅਕਾਲੀ ਦੀ ਹੈ। ਅੱਗੇ ਜੀ 68ਵਾਂ ਪ੍ਰਸ਼ਨ, ਜ਼ਹਿਰੀਲੇ ਹਾਸੇ ਵਾਰਤਕ ਰਚਨਾ ਦਾ ਕਰਤਾ ਕੌਣ ਹੈ? ਇਹਦੇ ਕਰਤਾ ਦਾ ਨਾਮ ਹੈ ਜੀ ਆੜਾ ਸੂਬਾ ਸਿੰਘ। ਅੱਗੇ ਜੀ 69ਵਾਂ ਪ੍ਰਸ਼ਨ, ਬਲਰਾਜ ਸਾਨੀ ਨੇ ਕਿਹੜੇ ਦੋ ਦੇਸ਼ਾਂ ਬਾਰੇ ਦੋ ਸਫ਼ਰਨਾਮੇ ਲਿਖੇ ਹਨ? ਸਫ਼ਰਨਾਮਾ ਹੁੰਦਾ ਜੀ ਜੋ ਯਾਤਰਾ ਦਾ ਬਿਆਨ ਹੁੰਦਾ। ਬਲਰਾਜ ਸਾਨੀ ਨੇ ਦੋ ਸਫ਼ਰਨਾਮੇ ਲਿਖੇ ਸੀ ਜਿਹੜੇ ਦੋ ਦੇਸ਼ਾਂ ਬਾਰੇ ਸੀ, ਰੂਸ ਅਤੇ ਪਾਕਿਸਤਾਨ। ਹਾਂਜੀ 70ਵਾਂ, ਆਰਸੀ ਕਿਸ ਪੰਜਾਬੀ ਲੇਖਕ ਦੀ ਸਵੈ ਜੀਵਨੀ ਹੈ? ਊੜਾ ਪ੍ਰੋਫੈਸਰ ਸਾਹਿਬ ਸਿੰਘ, ਆੜਾ ਸੱਸਾ ਸੱਸਾ ਅਮੋਲ, ਈੜੀ ਕਿਰਪਾਲ ਸਿੰਘ ਕਸੇਲ ਅਤੇ ਸੱਸਾ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਅਤੇ ਇਹਦਾ ਉੱਤਰ ਹੈ ਜੀ ਸੱਸਾ ਉਪਰੋਕਤ ਵਿੱਚੋਂ ਕੋਈ ਵੀ ਨਹੀਂ, ਕਿਉਂਕਿ ਆਰਸੀ ਹੈ ਜੋ ਸਵੈ ਜੀਵਨੀ, ਇਹ ਪ੍ਰਿੰਸੀਪਲ ਤੇਜਾ ਸਿੰਘ ਦੀ ਹੈ। ਪ੍ਰਿੰਸੀਪਲ ਤੇਜਾ ਸਿੰਘ, ਠੀਕ ਹੈ ਜੀ। ਅੱਗੇ ਜੀ 71ਵਾਂ ਪ੍ਰਸ਼ਨ, ਪਰਮ ਮਨੁੱਖ ਪੰਜਾਬੀ ਕਿਸ ਪੰਜਾਬੀ ਵਾਰਤਕ ਲੇਖਕ ਦਾ ਨਿਬੰਧ ਸੰਗ੍ਰਹਿ ਹੈ? ਪਰਮ ਮਨੁੱਖ ਹੈ ਜੋ ਦੇਖਣਾ ਜੀ ਕਿਸ ਪੰਜਾਬੀ ਵਾਰਤਕ ਲੇਖਕ ਦਾ ਨਿਬੰਧ ਸੰਗ੍ਰਹਿ ਹੈ, ਇਹ ਹੈ ਜੀ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਦਾ। 72ਵਾਂ ਪ੍ਰਸ਼ਨ ਹੈ, ਪੰਜਾਬੀ ਵਾਰਤਕ ਲੇਖਕ ਡਾਕਟਰ ਬਲਵੀਰ ਸਿੰਘ ਦੀ ਕਿਹੜੀ ਰਚਨਾ ਉੱਤੇ ਉਹਨਾਂ ਦੇ ਪਰਿਵਾਰ ਦੇ ਇਤਿਹਾਸ ਨਾਲ ਸੰਬੰਧਿਤ ਹੈ? ਇਹਦਾ ਸਹੀ ਉੱਤਰ ਹੈ ਜੀ ਸੱਸਾ ਚਰਨ ਹਰ ਵਿਸਥਾਰ। ਅੱਗੇ ਜੀ 73ਵਾਂ ਪ੍ਰਸ਼ਨ, ਪੰਜਾਬੀ ਵਾਰਤਕਕਾਰ ਕਪੂਰ ਸਿੰਘ ਦਾ ਜੀਵਨ ਕਾਲ ਸੰਬੰਧਿਤ ਹੈ? ਇਹ ਹੈ ਜੀ 20ਵੀਂ ਸਦੀ ਈਸਵੀ ਦੇ ਨਾਲ। 74ਵਾਂ ਪ੍ਰਸ਼ਨ ਹੈ ਜੀ ਅੱਗੇ, ਕਲਮ ਦੇ ਧਨੀ ਨਿਬੰਧ ਸੰਗ੍ਰਹਿ ਕਿਸ ਪੰਜਾਬੀ ਲੇਖਕ ਦੀ ਰਚਨਾ ਹੈ? ਇਹ ਹੈ ਜੀ ਪਿਆਰਾ ਸਿੰਘ ਪਦਮ ਦੀ। 75ਵਾਂ ਪ੍ਰਸ਼ਨ ਹੈ ਜੀ, ਡਾਕਟਰ ਟੀ ਆਰ ਸ਼ਰਮਾ ਦੀ ਨਿਬੰਧ ਰਚਨਾ ਦਾ ਸੰਬੰਧ ਹੈ? ਇਹ ਹੈ ਜੀ ਈੜੀ ਸਿੱਖਿਆ ਪ੍ਰਣਾਲੀ ਅਤੇ ਅਧਿਆਪਨ ਨਾਲ। ਅੱਗੇ 76ਵਾਂ ਪ੍ਰਸ਼ਨ ਹੈ ਜੀ, ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ ਮੇਰਾ ਪਿੰਡ ਦਾ ਖੇਤਰ ਹੈ? ਜੋ ਗਿਆਨੀ ਗੁਰਦਿੱਤ ਸਿੰਘ ਜੀ ਦੀ ਰਚਨਾ ਹੈ ਮੇਰਾ ਪਿੰਡ, ਉਹਦਾ ਖੇਤਰ ਦੇਖਣਾ ਜੀ ਕਿਹੜਾ? ਪੁਆਧ, ਦੁਆਬਾ, ਮਾਝਾ ਜਾਂ ਮਾਲਵਾ? ਸਹੀ ਉੱਤਰ ਹੈ ਜੀ ਆੜਾ ਮਾਲਵਾ। 77ਵਾਂ ਪ੍ਰਸ਼ਨ, ਡਾਕਟਰ ਨਰਿੰਦਰ ਸਿੰਘ ਕਪੂਰ ਦੀ ਨਿਬੰਧ ਕਲਾ ਦਾ ਉੱਘਾ ਲੱਛਣ ਹੈ? ਇਹ ਕੀ ਹੈ ਜੀ ਜੋ ਨਰਿੰਦਰ ਸਿੰਘ ਕਪੂਰ ਦੀ ਨਿਬੰਧ ਕਲਾ ਦਾ ਉੱਘਾ ਲੱਛਣ ਹੈ? ਕਿ ਉਹ ਮਨੋਵਿਗਿਆਨਿਕ ਦ੍ਰਿਸ਼ਟੀ ਹੈ। 78ਵਾਂ ਪ੍ਰਸ਼ਨ ਹੈ ਜੀ, ਸੁਪਨਿਆਂ ਦੀ ਕਬਰ ਕਿਸ ਲੇਖਕ ਦਾ ਕਹਾਣੀ ਸੰਗ੍ਰਹਿ ਹੈ? ਸੁਪਨਿਆਂ ਦੀ ਕਬਰ ਹੈ ਜੋ ਆੜਾ ਨਾਨਕ ਸਿੰਘ ਦਾ ਕਹਾਣੀ ਸੰਗ੍ਰਹਿ ਹੈ। 79ਵਾਂ ਪ੍ਰਸ਼ਨ ਹੈ ਜੀ ਅੱਗੇ, ਕਿਸ ਹੇਠ ਲਿਖਿਆਂ ਵਿੱਚੋਂ ਕਿਹੜਾ ਕਹਾਣੀ ਨਵਤੇਜ ਸਿੰਘ ਦਾ ਨਹੀਂ ਹੈ? ਕਹਾਣੀ ਸੰਗ੍ਰਹਿ ਜੋ ਨਵਤੇਜ ਸਿੰਘ ਦਾ ਨਹੀਂ ਹੈ, ਦੇਖਣਾ ਜੀ ਊੜਾ ਹੈਗਾ ਨਿੱਕੀ ਨਿੱਕੀ ਵਾਸ਼ਨਾ, ਆੜਾ ਨਵੀਂ ਰੁੱਤ, ਈੜੀ ਬਾਸਮਤੀ ਦੀ ਮਹਿਕ, ਸੱਸਾ ਚਾਨਣ ਦੇ ਬੀਜ। ਇਹਦਾ ਸਹੀ ਉੱਤਰ ਹੋਊਗਾ ਜੀ ਊੜਾ ਨਿੱਕੀ ਨਿੱਕੀ ਵਾਸ਼ਨਾ। ਅਗਲਾ ਕੁਸ਼ਚਨ ਹੈ ਜੀ 80ਵਾਂ ਕੁਸ਼ਚਨ, ਹੇਠ ਲਿਖਿਆਂ ਵਿੱਚੋਂ ਕਿਹੜਾ ਕਹਾਣੀ ਸੰਗ੍ਰਹਿ ਨੌਰੰਗ ਸਿੰਘ ਦਾ ਹੈ? ਊੜਾ ਹੀਰੇ ਦੀਆਂ ਕਨੀਆਂ, ਆੜਾ ਬੋਝਲ ਪੰਡ, ਈੜੀ ਰੰਗ ਬਿਰੰਗੇ ਫੁੱਲ, ਸੱਸਾ ਕਿਸਮਤ ਦਾ ਚੱਕਰ। ਸਹੀ ਉੱਤਰ ਹੈ ਜੀ ਆੜਾ ਬੋਝਲ ਪੰਡਾਂ। 81ਵਾਂ ਪ੍ਰਸ਼ਨ ਹੈ, ਕਹਾਣੀਕਾਰ ਸੰਤੋਖ ਸਿੰਘ ਧੀਰ ਦਾ ਜਨਮ ਸਾਲ ਹੈ? ਇਹ ਹੈ ਜੀ 1920 ਈਸਵੀ। ਦੋਸਤੋ ਮਾਸਟਰ ਕਾਡਰ ਪੰਜਾਬੀ 2017 ਦਾ ਸੋਲਵਡ ਪੇਪਰ ਵੀ ਮੈਂ ਆਪਣੇ ਇਸ ਚੈਨਲ ਦੇ ਉੱਪਰ ਅਪਲੋਡ ਕਰ ਚੁੱਕਿਆ, 3 ਵੀਡੀਓਜ਼ ਦੇ ਵਿੱਚ ਉਹ, ਉਸ ਨੂੰ ਵੀ ਜ਼ਰੂਰ ਦੇਖਿਓ। 82ਵਾਂ ਕੁਸ਼ਚਨ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਕਹਾਣੀ ਸੰਗ੍ਰਹਿ ਦਲੀਪ ਕੌਰ ਟਿਵਾਣਾ ਦਾ ਨਹੀਂ ਹੈ?
ਇਹ ਹੈਗਾ ਜੀ ਊੜਾ ਕੌੜੇ ਕੁੱਟ, ਕਿਉਂਕਿ ਬਾਕੀ ਜੋ ਕਹਾਣੀ ਸੰਗ੍ਰਹਿ ਨੇ ਪ੍ਰਬਲ ਬਹਿਨ ਥਰਾਟਾਂ ਅਤੇ ਵੈਰਾਗੇ ਨੇ, ਅਤੇ ਇਹਦੇ ਵਿੱਚ ਹੈ ਜੀ ਕੌੜੇ ਕੁੱਟ ਸੰਗ੍ਰਹਿ ਹੈ ਜੋ ਕਹਾਣੀ ਸੰਗ੍ਰਹਿ ਦਲੀਪ ਕੌਰ ਦਾ ਨਹੀਂ ਹੈ। 83ਵਾਂ ਪ੍ਰਸ਼ਨ ਹੈ ਜੀ ਕਾਠ ਦੀ ਲੱਤ ਕਹਾਣੀ ਸੰਗ੍ਰਹਿ ਦਾ ਕਰਤਾ ਹੈ, ਇਹ ਹੈ ਜੀ ਈ ਡੀ ਮੋਹਨ ਭੰਡਾਰੀ। 84ਵਾਂ ਪ੍ਰਸ਼ਨ ਸੁਜਾਨ ਸਿੰਘ ਦਾ ਕਿਹੜਾ ਕਹਾਣੀ ਸੰਗ੍ਰਹਿ ਆਜ਼ਾਦੀ ਤੋਂ ਪਹਿਲਾਂ ਪ੍ਰਕਾਸ਼ਿਤ ਹੋਇਆ, ਇਹਨਾਂ ਇਹ ਜੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ, ਸੱਸਾ ਪੁੱਤਰ ਸਹੀ ਹੈ ਜੀ ਇਹਦਾ। 85ਵਾਂ ਬੌਲੀ ਧਰਤੀ ਕਿਸ ਲੇਖਕ ਦਾ ਕਹਾਣੀ ਸੰਗ੍ਰਹਿ ਹੈ, ਇਹ ਹੈ ਜੀ ਰਘੁਵੀਰ ਢੰਡ। ਅੱਗੇ 86ਵਾਂ ਪ੍ਰਸ਼ਨ ਵਰਿਆਮ ਸੰਧੂ ਦੇ ਕਹਾਣੀ ਸੰਗ੍ਰਹਿ ਭੱਜੀਆਂ ਵਾਹੀ ਦਾ ਪ੍ਰਕਾਸ਼ਨ ਹੋਇਆ, ਇਹ ਹੋਇਆ ਸੀ ਜੀ 1987 ਈਸਵੀ ਦੇ ਵਿੱਚ। 87ਵਾਂ ਪ੍ਰਸ਼ਨ ਜੀ ਅੱਗੇ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਕਿਹੜਾ ਕਹਾਣੀ ਸੰਗ੍ਰਹਿ ਆਜ਼ਾਦੀ ਤੋਂ ਬਾਅਦ ਪ੍ਰਕਾਸ਼ਿਤ ਹੋਇਆ, ਆਪਸ਼ਨ ਹੈ ਜੀ ਬਿਨਾਂ ਵਿਨੋਦ, ਅਸਮਾਨੀ ਮਹਾਨਦੀ, ਨਾਗ ਪ੍ਰੀਤ ਦਾ ਜਾਦੂ ਜਾਂ ਸੱਸਾ ਉਪਰੋਕਤ ਵਿੱਚੋਂ ਕੋਈ ਵੀ ਨਹੀਂ, ਸਹੀ ਉੱਤਰ ਹੈ ਜੀ ਇਹਦਾ ਸੱਸਾ। 88ਵਾਂ ਜੀ ਅੱਗੇ ਪੰਜਾਬੀ ਕਹਾਣੀ ਗੁਰਮੁਖ ਸਿੰਘ ਮੁਸਾਫਿਰ ਦੀਆਂ ਕਹਾਣੀਆਂ ਦੀ ਮੁੱਖ ਸੁਰ ਹੈ, ਗੁਰਮੁਖ ਸਿੰਘ ਮੁਸਾਫਿਰ ਦੀਆਂ ਕਹਾਣੀਆਂ ਦੀ ਜੋ ਮੁੱਖ ਸੁਰ ਹੈ ਉਹ ਹੈ ਜੀ ਰਾਸ਼ਟਰਵਾਦੀ। 89ਵਾਂ ਪ੍ਰਸ਼ਨ ਸ਼ੇਰਨੀਆਂ ਕਹਾਣੀ ਦਾ ਵਰਤਾ ਹੈ, ਊੜਾ ਸੁਰਜੀਤ ਸਿੰਘ ਸੇਠੀ, ਆੜਾ ਸੰਤੋਖ ਸਿੰਘ ਧੀਰ, ਈ ਡੀ ਕੁਲਵੰਤ ਸਿੰਘ ਵਿਰਕ, ਸੱਸਾ ਦਲੀਪ ਕੌਰ ਟਿਵਾਣਾ, ਇਹ ਹੈ ਜੀ ਈ ਡੀ ਕੁਲਵੰਤ ਸਿੰਘ ਵਿਰਕ। 90ਵਾਂ ਪ੍ਰਸ਼ਨ ਹੈ ਜੀ ਮੌਤ ਅਲੀ ਬਾਬੇ ਦੀ ਕਿਸ ਦਾ ਕਹਾਣੀ ਸੰਗ੍ਰਹਿ ਹੈ, ਇਹ ਹੈ ਜੀ ਆੜਾ ਅਜੀਤ ਕੌਰ ਦਾ। ਅੱਗੇ ਦੇਖਦੇ ਜੀ ਕੁਸ਼ਚਨ 91ਵਾਂ ਪ੍ਰਸ਼ਨ, ਅੱਗੇ ਆਈ ਸੀ ਨੰਦਾ ਦੇ ਇਕਾਂਗੀ ਸੰਗ੍ਰਹਿ ਹਨ, ਊੜਾ 5, ਆੜਾ 4, ਈ ਡੀ 3, ਸੱਸਾ 2, ਇਹ ਨੇ ਜੀ ਈ ਡੀ 3। 92ਵਾਂ ਪ੍ਰਸ਼ਨ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਇਕਾਂਗੀ ਸੰਗ੍ਰਹਿ ਬਲਵੰਤ ਗਾਰਗੀ ਦਾ ਨਹੀਂ ਹੈ, ਪੱਤਨ ਦੀ ਬੇੜੀ ਹੈਗਾ ਜੀ, ਕੁਆਰੀ ਟਿੱਸੀ ਵੀ ਹੈਗਾ ਅਤੇ ਦੁੱਧ ਦੀਆਂ ਧਾਰਾਂ ਵੀ ਹੈਗਾ, ਤਾਂ ਜਿਹੜਾ ਨਹੀਂ ਹੈਗਾ ਉਹ ਹੈ ਜੀ ਸੈਲ ਪੱਥਰ। 93ਵਾਂ ਪ੍ਰਸ਼ਨ ਹੈ ਜੀ ਝੁੰਗਲ ਮਾਲਾ ਜਾਂ ਝੁੰਗਟ ਮਾਲਟਾ ਇਕਾਂਗੀ ਸੰਗ੍ਰਹਿ ਦਾ ਕਰਤਾ ਕੌਣ ਹੈ, ਇਹ ਸੰਗ੍ਰਹਿ ਦਾ ਕਰਤਾ ਜੀ, ਚਾਰ ਆਪਸ਼ਨ ਦਿੱਤੇ ਹੋਏ ਨੇ, ਸਹੀ ਹੈ ਜੀ ਈ ਡੀ ਕਪੂਰ ਸਿੰਘ ਘੁੰਮਣ। ਅੱਗੇ ਹੈ ਜੀ ਤਪਿਆ ਕਿਉਂ ਖਪਿਆ ਕਹਾਣੀ ਇਕਾਂਗੀ ਸੰਗ੍ਰਹਿ ਦਾ ਲੇਖਕ ਹੈ, ਊੜਾ ਸੰਤ ਸਿੰਘ ਸੇਖੋਂ, ਆੜਾ ਰੋਸ਼ਨ ਲਾਲ ਅਹੂਜਾ, ਈ ਡੀ ਜੋਸ਼ੂਆ ਫਜ਼ਲਦੀਨ, ਸੱਸਾ ਉਪਰੋਕਤ ਵਿੱਚੋਂ ਕੋਈ ਵੀ ਨਹੀਂ, ਇਹ ਹੈ ਜੀ ਊੜਾ ਸੰਤ ਸਿੰਘ ਸੇਖੋਂ। 95ਵਾਂ ਪ੍ਰਸ਼ਨ ਹੈ ਜੀ ਅੱਗੇ ਹੇਠ ਲਿਖਿਆਂ ਵਿੱਚੋਂ ਕਿਹੜਾ ਇਕਾਂਗੀ ਸੰਗ੍ਰਹਿ ਹਰਚਰਨ ਸਿੰਘ ਦਾ ਹੈ, ਹਰਚਰਨ ਸਿੰਘ ਦਾ ਕਹਾਣੀ ਸੰਗ੍ਰਹਿ ਦੇਖਣਾ ਜੀ, ਸੁੰਦਰ ਪਦ, ਸਪਤ ਰਿਸ਼ੀ, ਬੂਹੇ ਬੈਠੀ ਧੀ ਜਾਂ ਦਸਵੰਦ, ਇਹ ਹੈ ਜੀ ਆੜਾ ਸਪਤ ਰਿਸ਼ੀ। 96ਵਾਂ ਪ੍ਰਸ਼ਨ ਹੈ ਜੀ ਨਾਨਕ ਸਿੰਘ ਦੇ ਨਾਵਲ ਇੱਕ ਮਿਆਨ ਦੋ ਤਲਵਾਰਾਂ ਦਾ ਸੰਬੰਧ ਕਿਸ ਲਹਿਰ ਨਾਲ ਹੈ, ਆਪਸ਼ਨ ਹੈ ਜੀ ਗਾਂਧੀ ਜੀ ਦਾ ਅੰਦੋਲਨ, ਗੁਰਦੁਆਰਾ ਸੁਧਾਰ ਲਹਿਰ, ਈ ਡੀ ਗਦਰ ਲਹਿਰ ਅਤੇ ਸੱਸਾ ਬੱਬਰ ਅਕਾਲੀ ਲਹਿਰ, ਇਹਦਾ ਉਹਨਾਂ ਦਾ ਸੰਬੰਧ ਹੈ ਜੀ ਗਦਰ ਲਹਿਰ ਦੇ ਨਾਲ। 97ਵਾਂ ਪ੍ਰਸ਼ਨ ਹੈ ਗੁਰਦਿਆਲ ਸਿੰਘ ਦਾ ਸਭ ਤੋਂ ਪਹਿਲਾਂ ਪ੍ਰਕਾਸ਼ਿਤ ਹੋਣ ਵਾਲਾ ਨਾਵਲ ਹੈ, ਅੱਧ ਚਾਨਣੀ ਰਾਤ, ਮੜੀ ਦਾ ਦੀਵਾ, ਅਨਹੋਏ ਜਾਂ ਕੁਵੇਲਾ, ਸਹੀ ਉੱਤਰ ਹੈ ਇਹਦਾ ਆੜਾ ਮੜੀ ਦਾ ਦੀਵਾ। 98ਵਾਂ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਨਾਵਲ ਜਸਵੰਤ ਸਿੰਘ ਕੰਵਲ ਦਾ ਨਹੀਂ ਹੈ, ਊੜਾ ਲਹੂ ਮਿੱਟੀ, ਆੜਾ ਸੱਚ ਨੂੰ ਫਾਂਸੀ, ਈੜੀ ਰਾਤ ਬਾਕੀ ਹੈ, ਸੱਸਾ ਪੂਰਨਮਾਸ਼ੀ, ਇਹ ਹੈ ਜੀ ਪਹਿਲਾ ਲਹੂ ਮਿੱਟੀ। ਅੱਗੇ ਜੀ 99ਵਾਂ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਨਾਵਲ ਅੰਮ੍ਰਿਤਾ ਪ੍ਰੀਤਮ ਦਾ ਹੈ, ਊੜਾ ਨੌ ਤੇ ਮਾਸ, ਆੜਾ ਪਰਦੇਸੀ ਰੁੱਖ, ਈ ਡੀ ਡਾਕਟਰ ਦੇਵ ਅਤੇ ਸੱਸਾ ਗੁਰਦਰਸ਼, ਇਹ ਹੈ ਜੀ ਈ ਡੀ ਡਾਕਟਰ ਦੇਵ। ਅੱਗੇ ਅਖੀਰਲਾ ਪ੍ਰਸ਼ਨ ਹੈ ਜੀ ਇਸ ਵੀਡੀਓ ਦਾ, ਨਰਿੰਜਨ ਤਸਨੀਮ ਦਾ ਦੇਸ਼ ਵੰਡ ਨਾਲ ਸੰਬੰਧਿਤ ਨਾਵਲ ਕਿਹੜਾ ਹੈ, ਊੜਾ ਪਰਛਾਵੇਂ, ਆੜਾ ਜਦੋਂ ਸਵੇਰ ਹੋਈ, ਈ ਡੀ ਹਨੇਰਾ ਹੋਣ ਤੱਕ ਅਤੇ ਸੱਸਾ ਰੇਤ ਛਲ। ਨਰਿੰਜਨ ਤਸਨੀਮ ਦਾ ਜੀ ਇਹ ਹੈ ਜੀ ਆੜਾ ਜਦੋਂ ਸਵੇਰ ਹੋਈ। ਉਮੀਦ ਕਰਦਾ ਦੋਸਤੋ ਕਿ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆ ਰਹੀ ਹੋਵੇਗੀ, ਜੇਕਰ ਤੁਹਾਨੂੰ ਕਿਸੇ ਪ੍ਰਸ਼ਨ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਡਾਊਟ ਹੈ ਤਾਂ ਤੁਸੀਂ ਹੇਠਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਸਕਦੇ ਹੋ। ਮਾਸਟਰ ਕਾਡਰ ਪੰਜਾਬੀ ਦੀ ਤਿਆਰੀ ਦੇ ਲਈ ਲਗਾਤਾਰ ਮੇਰੇ ਇਸ ਚੈਨਲ ਦੇ ਨਾਲ ਬਣੇ ਰਹੋ।